सत श्री अकाल, तुसीं देख रहे हो न्यूज़ 30 पंजाब। मैं नवदीप शर्मा। वीरे जी थोड़ा स्वागत खड़े मनी जा रही है कि आप उसकी गल अपनी पार्टी के ही वर्कर लीड तो नाम किया कौन हरपाल सिंह चीमा बन रहे हैं, पहला भी सके हूँ भी बन रहे हैं, 10,000 की प्लस लीड चल रहे हैं। सरदार हरपाल सिंह चीमा जित के पंजाब की विधानसभा दी पौड़ियां चढ़ चुके हैं तो कैबिनेट के पिछे सानू देखने को मिलेंगे। की लगता है आम आदमी पार्टी कितनी लीड तो पंजाब दे विच जित सकती है, जिवें कि एग्जिट पोल दिखाया गया सीगा उहदे विच 70 प्लस सीटां जिहड़ियां नेगियां ते किसे किसे नामी चैनलों के उत्ते 100 प्लस सीटां भी जिहड़ियां नेगियां दिखाईआं गईआं नेगियां। तां तुहानूं की लगता है की आइडिया हैगा कि जो इत्थे मौजूदा इत्थे आपां देख सकदे हांगे मौजूदा इत्थे इकट्ठ होया होया हैगा ते इस चीज़ नूं किवें देखदे ने, कितनियां सीटां एग्जैक्ट थोड़े अकॉर्डिंग लै सकदे हांगे आम आदमी पार्टी? आम आदमी पार्टी 70 प्लस सीटां लै रही है बहुमत नाल, जा रहे असीं जा रहे हां ते आम आदमी पार्टी की 3वीं सरकार बन चुकी है। लोगों के चेहरे देखो खुशी नाल मर जाए पए ने क्योंकि सारे वलंटियर ने 2014 तो इन्नी मेहनत की आ पार्टी नाल। अज इहो जिहा भी टाइम आया पार्टी के जिथे कहने होंदे सी झाड़ू खिल गया, जिथे कोई मीटिंग होंदी उत्थे असीं 5-5 बंदे भी रह जांदे सी मीटिंग दे विच, यानी कि ग्राउंड तो चक्की आ पार्टी चक्की आ कि पार्टी ਕਿ ਤੁਸੀਂ ਪਾਰਟੀ ਦੇ ਯਾਨੀ ਕਿ ਮੇਨ ਪਾਰਟੀ ਨੂੰ ਜੇ ਦੇਖਿਆ ਜਾਵੇ ਤਾਂ ਮੇਨ ਸਪੋਰਟ ਕਰਦੇ ਨੇ ਉਸਦੇ ਵੋਟਰਸ ਨੂੰ, ਤਾਂ ਤੁਸੀਂ ਨੇ ਆਮ ਆਦਮੀ ਪਾਰਟੀ ਨੂੰ ਧਰਤੀ ਤੋਂ ਲੈ ਕੇ ਅੱਜ ਜੋ ਓਪੀਨੀਅਨ ਪੋਲ ਦੇ ਹਿਸਾਬ ਨਾਲ ਦੇਖਿਆ ਜਾ ਰਿਹਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਭਗਵੰਤ ਮਾਨ ਜੀ ਮਾਨ ਸਾਹਿਬ ਪੰਜਾਬ ਦੇ ਸੀਐਮ ਕੈਂਡੀਡੇਟ ਬਣਨ ਜਾ ਰਹੇ ਨੇ ਕਿ ਬਾਈ ਜੀ 17 ਦੇ ਵੇਲੇ ਅਸੀਂ ਸੀਐਮ ਲੈ ਕੇ ਨਹੀਂ ਆਏ, ਐਤਕੀ ਲੈ ਕੇ ਆਏ ਹਾਂ, ਐਤਕੀ ਝਾੜੂ ਫਿਰੂ ਝਾੜੂ 2017 'ਚ ਜਿਹੜੀਆਂ ਸਾਡੀਆਂ ਗਲਤੀਆਂ ਸੀਗੀਆਂ ਅਸੀਂ ਉਹ ਗਲਤੀਆਂ ਆਪਦੀਆਂ ਮੂਹਰੇ ਰੱਖੀਆਂ ਨੇ, ਅਸੀਂ ਆਪਦੀ ਲੀਡਰਸ਼ਿਪ ਨੂੰ ਗਲਤੀਆਂ ਦੱਸੀਆਂ ਨੇ, ਉਹ ਲੀਡਰਸ਼ਿਪ ਉਹ ਗਲਤੀਆਂ ਨੂੰ ਸੁਧਾਰਨ ਦੇ ਵਿੱਚ ਕਾਮਯਾਬ ਹੋਈ ਆ ਅਤੇ ਕਾਮਯਾਬੀ ਦੇ ਕਰਕੇ ਹੀ ਅੱਜ ਉਹ ਸਦਾ ਬੂਰ ਸਾਨੂੰ ਮਿਲ ਰਿਹਾ ਕਿਉਂਕਿ ਪਹਿਲਾਂ ਪਾਰਟੀ ਨੇ 2017 ਦੇ ਵਿੱਚ ਸੀਐਮ ਡਿਕਲੇਅਰ ਨਾ ਕਰਕੇ ਬਹੁਤ ਵੱਡਾ ਘਾਟਾ ਸਿਆ ਜਿਸਦਾ ਘਾਟਾ ਸੀ ਲਗਾਤਾਰ 5 ਸਾਲ ਪਛਤਾਇਆ ਅਤੇ ਅੱਜ ਉਸਦਾ ਜੋ ਅਸੀਂ ਲੀਡਰਸ਼ਿਪ ਨੂੰ ਦੱਸਿਆ ਕਿ ਸੀਐਮ ਦਾ ਚਿਹਰਾ ਡਿਕਲੇਅਰ ਕਰੋ ਇਹਦੇ ਲਈ ਸਾਨੂੰ ਬਹੁਤ ਮੁਸੱਦਤ ਵੀ ਕਰਨੀ ਪਈ। ਬੇਸ਼ੱਕ ਪਾਰਟੀ ਨੇ ਸਾਨੂੰ ਕਿਹਾ ਕਿ ਤੁਸੀਂ ਥੋੜ੍ਹਾ ਜਿਹਾ ਸਬਰ ਰੱਖੋ ਅਸੀਂ ਜ਼ਰੂਰ ਲਾਵਾਂਗੇ, ਪਰ ਭਗਵੰਤ ਮਾਨ ਨੂੰ ਐਲਾਨ ਕੇ ਪਾਰਟੀ ਨੇ ਉਹਦੀ ਸਾਬਤ ਕਰਤਾ ਸੀਗਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਸਰ ਚਰਨਜੀਤ ਸਿੰਘ ਚੰਨੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਬੱਕਰੀ ਦਾ ਦੁੱਧ ਕੱਢਦੇ ਹੋਏ ਦਿਖਾਈ ਦੇ ਰਹੇ ਨੇਗੇ ਤੇ ਲੋਕਾਂ ਦੇ ਕਮੈਂਟ ਉਸ ਦੇ ਵਿੱਚ ਪੜਨ ਯੋਗ ਨੇ। ਉਸ ਦੇ ਵਿੱਚ ਲੋਕ ਕਮੈਂਟ ਕਰਦੇ ਨੇ ਵੀ ਸੁਖਵੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਗਊਆਂ ਮੱਝਾਂ ਚੋਣ ਲਈਆਂ ਵੀ ਚੰਨੀ ਪੱਲੇ ਬੱਕਰੀਆਂ ਹੀ ਛੱਡੀਆਂ ਨੇਗੀਆਂ। ਬੱਕਰੀਆਂ ਤਾਂ ਉਹ ਤਾਂ ਚੋ ਰਿਹਾ ਹੈ ਜੀ, ਉਹ ਕਹਿੰਦਾ ਵੀ ਸੈੱਲ ਨਾ ਘੱਟ ਜਾਣ, ਪਹਿਲਾਂ ਹੀ ਪੂਰਾ ਕਰਕੇ ਰੱਖ ਲਾ ਮੈਂ ਦੁੱਧ, ਠੀਕ ਹੈ ਬਾਅਦ 'ਚ ਮਿਲਣਾ ਹੀ ਨੀਗਾ ਮੈਨੂੰ, ਠੀਕ ਹੈ ਜੀ ਤੇ ਉਹ ਦੁੱਧ ਕਿਤੇ ਨੂੰ ਆਇਆ ਵੀ ਮੈਨੂੰ ਬੱਕਰੀ ਦੁੱਧ ਵੀ ਨਾ ਮਿਲੇਗੀ ਤੇ ਪਹਿਲਾਂ ਹੀ ਕੱਢ ਕੇ ਰੱਖ ਲਾ, ਰਿਜ਼ਰਵ ਰੱਖ ਲਾ ਮੈਂ, ਠੀਕ ਹੈ ਜੀ ਖਤਰਾ ਉਹਨਾਂ ਨੂੰ ਜੀ। ਬਾਈ ਜੀ ਅਕਾਲੀ ਦਲ ਦਾ ਇੰਨਾ ਹਾਲ ਮਾੜਾ, 20-20 ਸਾਲ ਦੇ ਬੱਚੇ ਗਾਲ ਤੇ ਚਿੱਟਾ ਪਿਆ ਪਿਆ, 12-12 ਸਾਲ ਪਿੰਡਾਂ ਦੇ ਵਿੱਚ ਆਟੋ ਡੋਰ ਕਰਦੇ ਰਹੇ ਹਾਂ, ਲੋਕਾਂ ਦੇ ਵਿੱਚ ਕਹਿੰਦੇ ਵੀ ਸਾਡੇ ਮਕਾਨ ਬਣਾ ਤੇ, ਲੋਕਾਂ ਦੇ ਘਰਾਂ ਦੇ ਵਿੱਚ ਐਡੇ ਐਡੇ ਟੋਏ, ਨੀਵੇਂ ਨੇ ਮਤਲਬ ਕਿ ਇੰਨੇ ਦੁਖੀ ਹੋ ਕੇ ਉਹਨਾਂ ਨੇ ਇਹ ਕਿਹਾ ਵੀ ਨਵੀਂ ਸਰਕਾਰ ਅਸੀਂ ਬਣਾਉਣੀ ਹੈ, ਝਾੜੂ ਫੇਰਨਾ ਹੈ, ਬੱਚੇ ਸਾਡੇ ਨਸ਼ਿਆਂ ਤੇ ਲੱਗ ਗਏ ਨੇਗੇ, ਠੀਕ ਹੈ ਜਾਗਰਤ ਕਰਾਇਆ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਮੂਹਰੇ ਉਹਨਾਂ ਨੂੰ ਜੀ, ਚੰਨੀ ਨੂੰ ਕਹਿੰਦਾ ਵੀ ਹੁਣ ਤਾਂ ਬੱਕਰੀ ਦਾ ਫਾਰਮ ਪਾ ਲਏ ਵਧੀਆ ਰਹੂਗਾ ਕਿਉਂ ਤਾਰਾ ਚੌਂਦਾ ਜਾਣਦੀ ਹੈ ਚੰਨੀ, ਬੱਕਰੀਆਂ ਫਾਰਮ ਪਾ ਲਏ, ਲੋਨ ਅਸੀਂ ਦਵਾਵਾਂਗੇ ਸਾਡੇ ਸੀਐਮ ਭਗਵੰਤ ਮਾਨ ਤੋਂ, ਲੋਨ ਦਵਾਵਾਂਗੇ ਅਸੀਂ ਭਗਵੰਤ ਮਾਨ ਸੀਐਮ ਭਗਵੰਤ ਤੋਂ ਦਵਾਵਾਂਗੇ ਅਸੀਂ ਲੋਨ। ਭਾਈ ਜੀ ਸਾਡੇ ਸ਼ਹਿਰ 'ਚ ਨਾ 12-12 ਕਿਹੜਾ ਸ਼ਹਿਰ 12-12 ਸਾਲ ਦੇ ਬੱਚੇ ਟੀਕੇ ਲਾਉਂਦੇ ਨੇ ਜੀ ਟੀਕੇ, 12-12 ਸਾਲ ਦੇ ਬੱਚੇ 10-10 ਸਾਲ ਵੇਚਦੇ ਨੇ ਸਮਾਨ, ਪੁਲਿਸ ਆਉਂਦੀ ਆ ਚਲੋ ਇਹ ਜੋ ਗੱਲਾਂ ਨੇਗੀਆਂ ਤੁਹਾਡੀਆਂ ਕਰਤਾ ਉਹਨਾਂ ਨੇ
ਕਿ ਜਿਵੇਂ ਦੁਕਾਨਾਂ ਤੇ ਵਿਕਦਾ ਐ ਵਿਕਰੇਗਾ ਇਹ ਪਏ ਆ ਜੀ ਗੱਲ ਜਿਹੜੇ ਜਿਹੜੇ ਚੰਨੀ ਸਾਹਿਬ ਨੇ ਬਿਜ਼ਨਸ ਗਿਨਾਏ ਨੇ ਮੈਂ ਮੰਜਾ ਬੁਣਦਾ ਬੱਕਰੀਆਂ ਚਾਰਦਾ ਹੁਣ ਕੱਲ ਤੋਂ ਉਹਨਾਂ ਦੇ ਪਾਰਟੀ ਵਾਲੇ ਸਟਾਰਟ ਵੀ ਕਰਨ ਵਾਲੇ ਨੇ ਤਾਂ ਕਰਕੇ ਉਹਨਾਂ ਨੇ ਪਹਿਲਾਂ ਸਭ ਸਿੱਖ ਲਿਆ ਕਿ ਹੁਣ ਸਾਡੇ ਕੰਮ ਇਹ ਹੀ ਆਊ ਮੰਜੇ ਬੁਣਨਗੇ ਬਸ ਉਹ ਹੁਣ ਰੋਡ ਕੁੱਟਣੇ ਚਲਾਉਣਗੇ ਹੋਰ ਕੁਛ ਨਹੀਂ ਉਹਨਾਂ ਨੇ ਕਿਹੜਾ ਹਲਕਾ ਤੁਹਾਡਾ ਜੀ ਸੰਗਰੂਰ ਹੈ ਜੀ ਸਾਡਾ ਠੀਕ ਹੈ आम आदमी पार्टी की जिहड़ी सीट हैगी ओह मेन मन्नी जा रही है हॉट सीट मन्नी जा रही है काफ़ी लंबे समय तो गल्लां चल रही ने कि भी हॉट सीट हॉट सीट हॉट सीट तो अज रिजल्ट देना है उस हॉट सीट का किवें देखते होंगे तुसीं हुण आप देख सकते हैं भी कांग्रेस के भी कोई विधायक आ चुके ने गे कोई कांग्रेस दी झंडियां आपां नूं देखण नूं मिल रही ने गियां तो की लगता है कि आम आदमी पार्टी के भगवंत मान सीएम साहब धूरी तो कितनी लीड में जीत सकते हैं गोल्डी हरा सकते हैं जिदा केजरीवाल साहब ने कह दी 51,000 तो लिखती दिता पै सू लगता 51,000 से 57,000 की लीड ना जितने बाकी गोल्डी ने धक्के साई बहुत करवाई आ साढ़े अपनी कास्ट चो भी आते हैं साढ़े गोती ने भी पर उन्होंने गलत काम बहुत करवाए ने उत्थे जिदा हुण उन्होंने रिजल्ट अज मिल चुका है साढ़े नाल इत्थे असीं होर गलबात कर देंगे भी ਧੂਰੀ ਹਲਕੇ ਦੇ ਲੋਕ ਨੇ ਗੇ ਇੱਥੇ ਸਾਡਾ ਹਲਕਾ ਦੜਬੇ ਜੀ ਹਰਪਾਲ ਚੀਮਾ ਕਲੀਅਰ ਹੈ ਜੀ ਹਰਪਾਲ ਚੀਮਾ ਸਨਾਮ ਤੋਂ ਅਮਨ ਅਰੋੜਾ ਪੂਰਾ ਮਾਲਵਾ ਪਾਰਟੀ ਹਾਂਜੀ ਬਾਈ ਜਿੱਤ ਚੁੱਕੀ ਜੀ ਬਿਲਕੁਲ ਜੀ ਰਿਜ਼ਲਟ ਕਹਿੰਦੇ ਵੀ ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਹੈ ਐਲਾਨ ਹੋਣਾ ਬਾਕੀ ਹੋਰ ਮੈਂ ਤੁਹਾਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਰਿਕੁਐਸਟ ਕਰਨੀ ਚਾਹੁੰਦਾ ਯੂਥ ਨੂੰ ਕਿ ਨਸ਼ਿਆਂ ਦੇ ਖਿਲਾਫ਼ अपन सारा पता है कितने नशा बिकता है सुनाम इंदिरा वस्ती एक जगह जिथे नशा दड़े चिट्टा बिकता है पुलिस की मदद जो खत्म करना चाहिए सरकार बनने जा रही है तो चिट्टा पूरा जड़ तो खत्म किया जाए बिल्कुल जी बिल्कुल जड़ तो खत्म किया जाए भ्रिष्टाचार नशा नशाखोरी सारे जो सिस्टम एजुकेशन सिस्टम सुधारा जाऊगा बेरोजगार साढ़े नाल इत्थे धूरी हलके दे होर भी लोग ने गे इन्हां नाल गलबात कर देंगे सर थोड़ा हलका की है एक जिहड़ी कमल इह ओह पैसे दे के लोकां ने नशे बढ़ पार्टी है करके आने मतलब दारू वंडी गई है वोटों के ना जी ना दूजिया पार्टियां हाँ हाँ वो तो बन दिया जी पहले आम आदमी पार्टी वालों 1% भी नशा नहीं बना जी ना ना गल यह है जी दारू की गल कर वोटा गल है इन्होंने अपनिया रैलियां करने पिछे गड्डिया के डब्बे रख रख भेजे ने पैसे दिहाड़िया के बंदे लिया के इन्होंने इकट्ठ किया मैनू तो खुद एक बंदे ने कहा कहिंदा यार वोट जिन्हों मर्जी पायो तुसी एक बारी मेरे को इत्थे उन्हां दी तकड़ी वाले साहब दी भी तुसी एक बारी उत्थे जरूर मर्जी पायो ये गल तां पिंड दा ना लग जांदा है तुसी एक गल नोट कीती होनी है सारे पंजाब आदमी पार्टी दे घाट नहीं धूरी के सीनियर पत्रकार कुलदीप सगू साडे नाल मौजूद ने इन्हां नाल गलबात कर देंगे भी आम आदमी पार्टी के जेकर देखा जाए भी यह समर्थक भी रहे ने इन्हां नाल गलबात कर दें सर थोड़ा बहुत बहुत स्वागत है न्यूज चैनल दे थैंक यू जी धन्यवाद थोड़ा यह दसो भी आम आदमी पार्टी धूरी तो किन्ने परसेंट की लीड में जीत सकती है आम आदमी पार्टी जिहड़े हजे तक शुरुआती रुझान आए हैं भगवंत मान तकरीबन 7500 वोट के नाल अगे ने ज्यों ज्यों मतलब कि रुझान वधी जाणगे तां उम्मीद है भी भगवंत मान 30,000 तो प्लस वोट नाल जितने की संभावना पूरी पर दलवीर गोल्डी का सवेरे सवेरे उन्होंने सोशल मीडिया जरा वो चैक कर रहे थे उन्होंने वर्कर उन्होंने पार्टी सपोर्टर ये गल कर रहे हैं कि भी असी तो गोडे लवा लेंगे भगवंत मान के गोडे तो हम देख लो घंटा रह गया घंटा रह गया थोड़े सामने आ जाना मेरे ख्याल भी तो दलवीर सिंह गोल्डी उ आए ही नहीं ना शायद
हाँ चले गए तब तो साफ होंगे क्योंकि ना जो शुरुआती रुझान ने सो ये सन धूरी हल्के दिलवे हल्के लोग इन्हों के आम आदमी पार्टी की जो चोन है वह जितने का बहुत सारा उत्साह देखने मिल रहा है तो वर्कर गलबात की आम आदमी पार्टी के इन्होंने कहा भी विधायक दलवीर गोल्डी उरे आए थे पर उन्होंने उरे खड़न का मौका नहीं दिता गया तो होरों चले गए ने गे तो हम देखते हैं गे एक घंटे रह चुके गा घंटा डेढ़ घंटा रह चुके गा कंप्लीटली जो रिजल्ट है आने वाला गा सो पूरे पंजाब की दुनिया को उम्मीद हैगी भी इस बार जो सीएम हैगा वह बहुत ही ज़्यादा आम आदमी पार्टी का देखा जा रहा है बहुत ही ज़्यादा लीड के नाल आम आदमी पार्टी का भगवंत मान को सीएम ऐलान किया जा रहा है कैमरामैन रणजीत सिंह के नाल मैं नवदीप शर्मा।